हाँ जी हेलो हाय गाइस, हाँ जी कितना सारे ठीक ठाक है जी। मैं तो अपना संदीप तारक ठीक प्लंबर ते न्यू अपडेट न्यू गलबात है जी। ये मतलब वाटर फिल्टर आप लगाने जा रहे थे तो मैं तुम्हें दसना चाहूँगा भी वाटर फिल्टर आप किमें लगा सकते हैं। अगर अपने आप भी अपने घर चलाना हो तो मैं तुम्हें दसना चाहूँगा जी फिटिंग किस तरह होंगी है। रोके भी है ਦੀ ਫਿਟਿੰਗ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਤਾਂ ਇਹਦੇ ਵਿੱਚ ਮਤਲਬ ਇਹ ਸਾਹਮਣੇ ਦੋ ਇੱਧਰ ਸਾਈਡ 'ਤੇ ਇਹਦੇ ਸਕਰੂ ਦਿੱਤੇ ਵੇ ਹੁੰਦੇ ਆ ਇਹਨੂੰ ਆਪਾਂ ਖੋਲ੍ਹਣਾ ਵਾ ਠੀਕ ਹੈ। ਇੱਧਰਲੇ ਪਾਸੇ ਦੀ ਵੀ ਲਿਓ ਖੋਲ੍ਹਣ 'ਤੇ ਆ ਗਏ ਜਾਂ ਆਪਾਂ ਦੂਜੀ ਬਣਾ ਲਈ ਬਸ ਠੀਕ ਹੈ। ਆਪਾਂ ਓਪਨ ਕਰ ਲਾਂਗੇ ਠੀਕ ਹੈ। ਇਹਨੂੰ ਇਹਦੇ ਉੱਪਰਲੇ ਪਾਰਟ ਨੂੰ ਇੱਧਰ ਆਰਾਮਦਾਰੀ ਨਾਲ ਰੱਖ ਕੇ ਇਹ ਜਿਹੜਾ ਸਾਰਾ ਸਮਾਨ ਹੈਗਾ ਇਹ ਆਪਾਂ ਇਹ ਪੂਰਾ ਪ੍ਰੋਪਰ ਸਮਾਨ ਦਿੱਤਾ ਹੁੰਦਾ ਤੁਹਾਨੂੰ ਵਗੈਰਾ ਵਗੈਰਾ ਨੂੰ ਲਗਾਉਣ ਵਾਸਤੇ ਠੀਕ ਹੈ। ਇਹ ਦੀ ਟੈਪਸ ਹੈਗੀ ਜਿਹੜੀ ਇਹਦੇ ਵਿੱਚ ਕਸੀ ਜਾਣੀ ਹੈ ਅਤੇ ਇਹ ਐਕਸਟੈਂਸ਼ਨ ਹੈਗਾ ਇਹਦਾ ਬਾਲ ਬਲਬ ਹੈਗਾ ਠੀਕ ਹੈ ਜੀ। ਇਹ ਹੈਗੀ ਆ ਇਹਦੀ ਬੋਟਲ ਇਹਦੇ ਜਿਹੜਾ ਆਪਾਂ ਪਾਉਂਦੇ ਹਾਂ ਥਰਮਾਕੋਲ ਵਗੈਰਾ ਜਿਹੜੇ ਇਹਨੂੰ ਪਾਣੀ ਪਿਓਰੀਫਾਈ ਕਰਦੀ ਹੈ ਜੀ ਨਾਲ ਤੋ ਇਹਦੀ ਪਾਈਪ ਹੈਗੀ ਹੈ ਠੀਕ ਹੈ ਜੀ। ਹਾਂਜੀ ਜਿਹੜਾ ਇਹ ਹੈਗਾ ਮਤਲਬ ਇਹ ਵੀ ਬੋਤਲ ਹੈਗੀ ਇਹਦੇ ਵਿੱਚ ਇਨ ਆਊਟ ਪਾਣੀ ਹੋ ਕੇ ਜਾਂਦਾ ਇੱਧਰ ਇਨ ਲਿਖਿਆ ਹੁੰਦਾ ਪਾਣੀ ਜਦੋਂ ਆਪਾਂ ਟੈਪ ਤੋਂ ਲੈਣਾ ਗਾ ਇਹ ਇਨ ਅਤੇ ਆਊਟ ਇਹ ਫਿਲਟਰ ਨੂੰ ਦੇਊਗਾ ਠੀਕ ਹੈ। ਇਹਨੂੰ ਖੋਲ੍ਹ ਕੇ ਦੇਖੋ ਇਹਦੇ ਵਿੱਚ ਨਾ ਇੱਕ ਬਹੁਤ ਆ ਰਿੰਗ ਦਿੱਤਾ ਹੋਇਆ ਹਾਂਜੀ ਹਾਂਜੀ ਇਹਨੂੰ ਬਗੈਰ ਹੱਥ ਲਾਏ ਤੋਂ ਇਹਦੇ ਵਿੱਚ ਇਸ ਤਰ੍ਹਾਂ ਤੁਸੀਂ ਫਿਟ ਕਰ ਸਕਦੇ ਹੋ। ਆਪਾਂ ਇਹਨੂੰ ਇਨ ਆਊਟ ਨੂੰ ਆਰਾਮਦਾਰੀ ਨਾਲ ਵਧੀਆ ਤਰੀਕੇ ਨਾਲ ਹੱਥ ਨਾਲ ਕੱਸ ਦੇਣਾ ਇਹ ਜੇ ਸੈਟਿੰਗ ਐਡਜਸਟਮੈਂਟ ਉੱਪਰ ਨੀਚੇ ਕਰਨਾ ਤੁਸੀਂ ਦੇਖ ਸਕਦੇ ਹੋ। ਪਹਿਲਾਂ ਉੱਪਰ ਜਿਹੜੇ ਸਾਈਡ ਇਹਦੇ ਲੌਕ ਦਿਖਾਈ ਦੇ ਰਹੇ ਆ ਨਾ ਦੋ ਆਹ ਲੌਕ ਦਿਖਾਈ ਦੇ ਰਹੇ ਆ ਤਾਂ ਇਹਨੂੰ ਆਪਾਂ ਕਿਵੇਂ ਕੱਢਣਾ ਇਹ ਤੁਹਾਨੂੰ ਦੱਸ ਦਿੰਦਾ। ਇਹ ਇਹਦੇ ਵਿੱਚ ਨਾ ਥੋੜ੍ਹਾ ਜਿਹਾ ਨਾਲ ਹੀ ਅੰਗੂਠਾ ਲਾ ਕੇ ਆ ਲੌਕ ਨੂੰ ਦੱਬ ਕੇ ਇਹਨੂੰ ਬਾਹਰ ਖਿੱਚ ਸਕਦੇ ਹਾਂ ਆਪਾਂ। ਆ ਫੜੀ ਇੱਧਰ ਨੂੰ ਮਾੜੇ ਇਹਨੂੰ ਆਪਾਂ ਇਸ ਤਰ੍ਹਾਂ ਬਾਹਰ ਕੱਢ ਦਿੰਦੇ ਫਿਰ ਇਹਦੀ ਪਾਈਪ ਫਿੱਟ ਹੋ ਜਾਂਦੀ ਹੈ। ਦੇਖੋ ਜੀ ਆ ਫਿਲਟਰ ਤੁਹਾਡੇ ਸਾਹਮਣੇ ਲਾ ਕੇ ਰੈਡੀ ਹੋ ਗਿਆ ਠੀਕ ਹੈ ਅਤੇ ਕੋਈ ਲੀਕੇਜ ਪੁਆਇੰਟ ਨਹੀਂ ਹੈਗਾ ਸਾਰਾ ਚੈੱਕ ਕਰ ਲਿਆ। ਇਸ ਟਾਈਮ ਫਿਰ ਉਹਨੂੰ ਇਲੈਕਟ੍ਰੀਕਲ ਬਸ ਦੇਣ ਵਾਲਾ ਹੈਗਾ ਪੁਆਇੰਟ ਅਤੇ ਫਿਰ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਸਾਰਾ ਦੇਖ ਲਿਆ ਤੁਸੀਂ ਦੱਸੋ ਕੋਈ ਦਿੱਕਤ ਨਹੀਂ ਆਏਗੀ। ਬੋਤਲ ਲੱਗੀਆਂ ਸਹੀ ਲੱਗਦੀ ਹੈ ਇਹਦਾ ਬੈਸਟ ਪਾਈਪ ਆ ਗਿਆ ਠੀਕ ਹੈ। ਦਿਸ ਵਾਸ ਮਾਈ ਵੀਡੀਓ ਅਤੇ ਨੈਕਸਟ ਟਾਈਮ ਤੁਹਾਨੂੰ ਆਪਰੇਟ ਦੇਣ ਵਾਲਾ ਠੀਕ ਹੈ ਜੀ ਓਕੇ ਰੋਕੀ। ਹੈਲੋ ਹਾਂਜੀ ਫਰੈਂਡਸ, ਇਹ ਮੇਰਾ ਜਿਹੜਾ ਪਹਿਲਾਂ ਦਾ ਬਾਥਰੂਮ ਰੈਡੀ ਕੀਤਾ ਹੋਇਆ ਸੀਗਾ ਮੈਂ ਤੁਹਾਨੂੰ ਸਾਰਾ ਦਿਖਾਈ ਦਿੰਦਾ ਗਾ ਇੱਕ ਵਾਰੀ ਹੈ ਨਾ। ਅਤੇ ਸੈਨਿਟ ਕੰਸੀਲ ਟੈਂਕ ਹੈਗੀ ਆ ਅਤੇ ਇਹ ਵਾਲ ਮਾਊਂਟ ਮਤਲਬ ਵਾਲ ਹੈਂਗ ਦਾ ਜਿਹੜਾ ਪੁਆਇੰਟ ਇਹਦੇ ਨਾਲ ਸੈੱਟ ਕਰਕੇ ਇਸ ਤਰ੍ਹਾਂ ਜਿਹੜਾ ਅਤੇ ਇਹ ਡਾਇਵੇਟਰ ਫਿਟ ਫਿਟਿੰਗ ਕੀਤੀ ਸੀਗੀ ਠੀਕ ਹੈ। ਅਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਪਡੇਟ ਦਿੰਦਾ ਰਹੂੰਗਾ ਅਤੇ ਓਕੇ ਥੈਂਕ ਯੂ ਗਾਈ ਲਾਈਕ ਮਾਈ ਵੀਡੀਓ ਐਂਡ ਸ਼ੇਅਰ।